ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਏਅਰ ਮਾਰਸ਼ਲ ਅਰਜਨ ਸਿੰਘ ਸਾਡੇ ਵਿੱਚ ਨਹੀਂ ਰਹੇ। 1919 'ਚ ਜਨਮੇ, 20 ਸਾਲ ਦੀ ਉਮਰ 'ਚ ਫਾਈਟਰ ਪਾਇਲਟ ਬਣਦੇ ਨੇ। ਬ੍ਰਿਟਿਸ਼ ਏਅਰਫੋਰਸ ਦੇ ਮੋਸਟ ਡੈਕੋਰੇਟਡ ਪਾਇਲਟ, ਸੈਕਿੰਡ ਵਰਲਡ ਵਾਰ ਦੇ ਵਿੱਚ ਗੈਲੰਟਰੀ ਅਵਾਰਡਸ ਲੈਂਦੇ ਨੇ। ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਦੀ ਏਅਰਫੋਰਸ ਦੇ ਵਿੱਚ ਇੱਕ ਰੈਵੋਲਿਊਸ਼ਨ ਲੈ ਕੇ ਆਏ। 1965 ਦੀ ਜੰਗ 'ਚ ਜਦੋਂ ਛੰਭ ਜੋੜੀਆਂ ਸੈਕਟਰ 'ਚ ਹਿੰਦੁਸਤਾਨ ਦੀ ਫੋਰਸਿਸ ਹਾਰਨ ਦੀ ਕਗਾਰ 'ਤੇ ਆ ਗਈਆਂ ਸਨ, ਅਗਰ ਏਅਰ ਮਾਰਸ਼ਲ ਆਪਣੀ ਸਕੁਆਡਨ ਦੇ ਨਾਲ ਖੁਦ ਜਹਾਜ਼ ਚਲਾ ਕੇ ਹਮਲੇ ਨਾ ਬੋਲਦੇ, ਸ਼ਾਇਦ ਉਸ ਜੰਗ ਦਾ ਨਤੀਜਾ ਕੁਛ ਹੋਰ ਹੁੰਦਾ। ਉਹ ਪਹਿਲੇ ਐਸੇ ਸ਼ਖਸ ਨੇ ਹਮੇਸ਼ਾ ਮਾਰਸ਼ਲ ਦਾ ਦਰਜਾ ਜਿਹੜਾ ਉਹ ਆਮ ਫੋਰਸਿਸ ਦੇ ਜਰਨੈਲ ਨੂੰ ਮਿਲਦਾ। ਏਅਰਫੋਰਸ ਦੇ ਜਰਨੈਲ ਹੁੰਦੇ ਹੋਏ ਪਹਿਲੀ ਦਫ਼ਾ 5 ਸਤਾਰਾ ਮਾਰਸ਼ਲ ਦਾ ਦਰਜਾ ਉਹਨਾਂ ਨੂੰ ਦਿੱਤਾ ਗਿਆ, ਔਰ ਇੱਕ ਲਿਵਿੰਗ ਲੈਜੈਂਡ ਸਨ। ਮੈਂ ਸਮਝਦਾ ਖਾਲੀ ਉਹ ਇੱਕ ਅੱਛੇ ਫੌਜੀ ਨਹੀਂ ਸਨ, ਚੰਗੇ ਇਨਸਾਨ ਸਨ। ਪਿਛਲੇ ਦਿਨਾਂ 'ਚ ਉਹਨਾਂ ਨੇ ਆਪਣੀ ਪ੍ਰੋਪਰਟੀ ਵੇਚ ਕੇ 2 ਕਰੋੜ ਰੁਪਇਆ ਆਰਮ ਫੋਰਸਿਸ ਦੇ ਪਰਿਵਾਰਾਂ ਦੇ ਅਪਲਿਫਟਮੈਂਟ ਵਾਸਤੇ ਦਿੱਤਾ। ਮੈਂ ਸਮਝਦਾ ਵਾਂ ਕਿ ਇਹੋ ਜਿਹੀ ਸ਼ਖਸੀਅਤ ਦਾ ਲੌਸ ਹਿੰਦੁਸਤਾਨ ਬੜੇ ਸਮੇਂ ਤੱਕ ਪੂਰਾ ਨਹੀਂ ਕਰ ਸਕੇਗਾ। ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, 1965 ਦੀ ਜੰਗ ਜਿੱਤਣ ਤੋਂ ਬਾਅਦ ਬੰਗਲਾ ਸਾਹਿਬ ਗੁਰਦੁਆਰੇ ਲਾਲ ਬਹਾਦੁਰ ਸ਼ਾਸਤਰੀ ਔਰ ਏਅਰ ਮਾਰਸ਼ਲ ਅਰਜਨ ਸਿੰਘ ਦੇ ਸਵਾਗਤ ਕੀਤੇ ਜਾ ਰਹੇ ਨੇ, ਜਿਹਦੇ ਵਿੱਚ ਜਥੇਦਾਰ ਸੰਤੋਖ ਸਿੰਘ ਜਨਰਲ ਸੈਕਟਰੀ ਔਰ ਐਡਵੋਕੇਟ ਬਖਸ਼ੀ ਗੁਰਚਰਨ ਸਿੰਘ ਪ੍ਰਧਾਨ ਨਜ਼ਰ ਆ ਰਹੇ ਨੇ। ਮੈਂ ਆਪਣੇ ਵੱਲੋਂ, ਆਪਣੇ ਸਾਥੀਆਂ ਵੱਲੋਂ ਸਰਦਾ ਦੇ ਫੁੱਲ ਭੇਟ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।